ਆਪਣੇ ਆਖਰੀ ਮਰਾਹਲ ਦੇ ਵਿੱਚ ਦਾਖਲ ਹੋ ਚੁੱਕੀ ਹੈ। ਸੁਬਾਹ ਤੋਂ ਲੈ ਕੇ ਹੁਣ ਤਾਈਂ ਤੁਸਾਂ ਮਜਲਿਸ ਅਦਾ ਸਮਾਤ ਫਰਮਾਈਏ। ਦੁਆ ਹੈ ਬਾਨੀਆਂ ਨੇ ਮਜਲਿਸ ਦਾ ਇਸ ਸਫੇ ਅਦਾ ਵਿਛਾਇਆ, ਖਾਲਿਕ ਕਾਇਨਾਤ ਆਪਣੇ ਦਰਬਾਰੇ ਆਲੀ ਵਿੱਚ ਮਨਜ਼ੂਰ ਅਤੇ ਮਕਬੂਲ ਫਰਮਾਵੇ। ਮਖਦੂਮ ਬਿਰਾਦਰੇ ਜ਼ਿਵਕਾਰ ਸਜਾਦ ਹੁਸੈਨ ਕੁਰੇਸ਼ੀ ਸਾਹਿਬ, ਦੁਆ ਹੈ ਅਮੀਨ ਸਾਰੇ ਆਖਿਆ ਸੈਣ ਰਬਾਬ ਦੀ ਖਾਲੀ ਝੋਲੀ ਦਾ ਸਦਕਾ ਉਹਨਾਂ ਨੂੰ ਔਲਾਦ ਨਰੀਨਾ ਤਾ ਫਰਮਾਵੇ। ਮਖਦੂਮ ਤਹਿਵਰ ਅਬਾਸ ਕੁਰੇਸ਼ੀ ਹਵੇਲੀ ਬਹਾਦਰ ਸ਼ਾਹ ਤੋਂ ਦੁਆ ਮੰਗਿਆ ਸਾਰੇ ਅਮੀਨ ਰੱਖਿਆ, ਉਹਨਾਂ ਨੂੰ ਵੀ ਅੱਲਾ ਮਾਤਮੀ ਹਯਾਤੀਆਂ ਵਾਲਾ ਬੇਟਾ ਅਤਾ ਫਰਮਾਵੇ। ਮੇਰੇ ਭਾਈਨ ਅਸਦ ਅਬਾਸ ਦੁਆ ਮੰਗਿਆ ਅੱਲਾ ਪਾਕ ਉਹਨਾਂ ਨੂੰ ਵੀ ਔਲਾਦ ਨਰੀਨਾ ਤਾ ਫਰਮਾਵੇ। ਬਾਕੀ ਜਿਤਨੀਆਂ ਝੋਲੀਆਂ ਔਲਾਦ ਨਰੀਨਾ ਵਾਸਤੇ ਸਿੱਕਦੀਆਂ ਬੇ ਔਲਾਦ ਸੈਣ ਦੀ ਖਾਲੀ ਝੋਲੀ ਦਾ ਸਦਕਾ ਅੱਲਾ ਪਾਕ ਉਹਨਾਂ ਨੂੰ ਵੀ ਸਾਹਿਬ ਔਲਾਦ ਅਤਾ ਫਰਮਾਵੇ। ਸੁਬਹ ਤੋਂ ਲੈ ਕੇ ਹੁਣ ਤਾਈਂ ਜਿਤਨੇ ਤੁਸਾਂ ਆਪਣੇ ਘਰਾਂ ਦੇ ਆਰਾਮ ਕੰਮਕਾਰ ਛੋੜ ਕੇ ਮਜ਼ਲੂਮੇ ਕਰਬਲਾ ਦੀ ਸਫੇ ਮਾਤਮ ਦੇ ਤਸ਼ਰੀਫ ਲੈ ਆਇਓ, ਤੁਹਾਡਾ ਹਰ ਹਰ ਕਦਮ ਹੁਸੈਨ ਦੀ ਅੰਮਾ ਇਬਾਦਤ ਵਿੱਚ ਸ਼ੁਮਾਰ ਫਰਮਾਵੇ। ਤੋ ਸਾਮੀਨ ਮੁਹਤਰਮ, ਹੁਣ ਜਨਾਬ ਦੇ ਸਾਹਮਣੇ ਹਰਫ ਆਖਰ ਦੇ ਤੌਰ 'ਤੇ ਮੁਲਕ ਪਾਕਿਸਤਾਨ ਦੀ ਅਜ਼ੀਮ ਸ਼ਖਸੀਅਤ ਕਾਰੀ ਉਲ ਕਸਾਇਦ ਖਜ਼ੀਨਤੁਲ ਕਸਾਇਦ ਮਦੀਨਤੁਲ ਕਸਾਇਦ ਬਹਿਰੁਲ ਮਸਾਇਬ ਗਮ ਕੇ ਬਹਿਰ ਬੇਕਰਾਂ ਸੈਯਦ ਉਲ ਜ਼ਾਕਰੀਨ ਸ਼ਰੀਫ ਉਲ ਜ਼ਾਕਰੀਨ ਸਾਈਆਂ ਦੇ ਮੋਰੀ ਆਫਤਾ ਮਦਾ ਖਾਨ ਇੱਜ਼ਤ ਮਾਬ ਬਜ਼ੁਰਗ ਮੁਹਤਰਮ ਜਨਾਬ ਬਾਬਾ ਸੈਯਦ ਮੁਜ਼ੰਮਲ ਹੁਸੈਨ ਸ਼ਾਹ ਸਾਹਿਬ ਆਫ ਕਤੋ ਵਾਲੇ ਪੜ੍ਹਦੇ ਪੈਣ, ਔਰ ਸ਼ਬੀਹ ਜ਼ੁਲ ਜਨਾ ਹਜ਼ਰਤ ਇਮਾਮ ਹੁਸੈਨ ਅਲੀ ਮਕਾਮ ਬਰਾਮਦ ਕਰਵਾਏ ਸਨ, ਕੀ ਤੁਸੀਂ ਆਖਿਆ, ਔਰ ਇਨਸ਼ਾਅੱਲਾ ਬਾਅਦ ਵਿੱਚ, ਔਰ ਸ਼ਬੀਹ ਜ਼ੁਲ ਜਨਾ ਦੀ ਬਰਾਮਦਗੀ ਤੋਂ ਬਾਅਦ ਇਨਸ਼ਾਅੱਲਾ ਜ਼ੰਜੀਰ ਜ਼ਨੀ ਉਸੀ ਮਾਤਮਦਾਰੀ ਉਸੀ ਪੁਰਸਤ ਦੇ ਕੇ ਘਰਾਂ ਨੂੰ ਤਸ਼ਰੀਫ ਲੈ ਜਾਵੇ। ਬਰਅਜ਼ਮਤ ਆਲੇ ਮੁਹੰਮਦ ਬਾਬਾ ਜ਼ੀ ਬੁਲੰਦ ਸਲਾਵਾ التماس دعا اللهم صل على محمد وآل محمد بسم الله الرحمن الرحيم الحمد لله رب العالمين قل هو الله احد الله الصمد اللهم صل على صلی علی محمد و آل محمد صلی علی امام زمان بلند سلام صلوات پڑھو سرکار دی ذات اللهم صلی علی محمد و آل محمد پھر بھی جتنے مولائی بیٹھے ہو ਮਿਲ ਕੇ ਉੱਚੇ ਆਵਾਜ਼ ਨਾਲ ਸਲਵਾਤ ਪੜ੍ਹੋ ਅਲਹਮਾ ਸੁਲੇ ਅਲਾ ਮੁਹੰਮਦ ਵਾਲੇ ਮੁਹੰਮਦ। ਇਸ ਪੂਰੇ ਦਿਨ ਦੀ ਅੱਵਲ ਤੋਂ ਲੈ ਕੇ ਆਖਿਰ ਤੱਕ ਦੀ ਨੌਕਰੀ ਦੀ ਕਬੂਲੀਅਤ ਔਰ ਮਨਜ਼ੂਰੀ ਦੀ ਖਾਤਿਰ ਸਾਰੇ ਹਾਜ਼ਰੀਨ ਮਜਲਿਸ ਬੁਲੰਦ ਆਵਾਜ਼ ਨਾਲ ਸਲਵਾਤ ਪੜ੍ਹੋ اللهم صل على محمد وآل محمد۔ دعا ہے سرکار دے دربار وچ تو سب تمام مومنین دا دور نزدیک تو چل کے دنیا داریاں چھوڑ کے کائنات دے سرداراں دے ذکر دی خاطر اس مقام تے ہن تک بہنا ਬਾਨੀ ਅਮ ਮਜਲਿਸ ਅਜ਼ੀਜ਼ ਸੱਜਾਦ ਹੁਸੈਨ ਔਰ ਇਹਨਾਂ ਦੇ ਅਹਿਲੇ ਖਾਨਦਾਨ ਅਜ਼ੀਜ਼ ਉਹ ਅਕਾਰਿਬ ਦੀ ਇਹ ਮਿਹਨਤ ਕੋਸ਼ਿਸ਼ ਇਹ ਤਮਾਮ ਇੰਤਜ਼ਾਮ ਲੰਗਰ ਨਿਆਜ਼ ਖਰਚ ਖਰਜਾਤ ਪੜ੍ਹਨ ਵਾਲਿਆਂ ਦੀ ਪੜ੍ਹਾਈ ਅਤੇ ਮੈਂ ਹਕੀਰ ਦੀ ਨੌਕਰੀ ਮੌਲਾ ਆਪਣੀ ਬਾਰਗਾਹ ਵਿੱਚ ਕਬੂਲ ਔਰ ਮਨਜ਼ੂਰ।
ਸਰਕਾਰ ਇਹਨਾਂ ਨੂੰ ਇਸ ਜੀਵਤੀ ਦੇ ਸਦਕੇ 'ਚ ਅਯਾਤੀ ਵਾਲਾ ਫਰਜ਼ੰਦ ਅਤਾ ਫਰਮਾਵੇ, ਇਹਨਾਂ ਦੀ ਬੇਟੀ ਦੀ ਮੌਲਾ ਜ਼ਿੰਦਗੀ ਦਰਾਜ਼ ਫਰਮਾਵੇ, ਅਤੇ ਤੈਵਰ ਸ਼ਹਿਜ਼ਾਦ ਉਹਨਾਂ ਨੂੰ ਵੀ ਮੌਲਾ ਅਲੀ ਅਸਗਰ ਬਾਦਸ਼ਾਹ ਦੇ ਸਦਕੇ 'ਚ ਅਯਾਤੀ ਵਾਲਾ ਬੱਚਾ ਅਤਾ ਫਰਮਾਵੇ। ਜੀਵਨ ਜਾਗਣ ਵਾਲੇ ਮੌਲਾ ਇਹਨਾਂ ਨੂੰ ਫਰਜ਼ੰਦ ਅਤਾ ਫਰਮਾਵੇ, ਇਹਨਾਂ ਦੇ ਘਰ 'ਤੇ, ਖਾਨਦਾਨ 'ਤੇ, ਇਸ ਚੱਕ 'ਤੇ ਹੁਣ ਤੱਕ ਬਹਿ ਕੇ ਸੁਣਨ ਵਾਲਿਆਂ 'ਤੇ ਜਾਂ ਜਿਹੜੇ ਸੁਣ ਕੇ ਚਲੇ ਵੀ ਗਏ, ਸਾਰੇ ਮੌਲਾਈਆਂ ਦੇ ਘਰਾਂ 'ਤੇ, ਖਾਨਦਾਨਾਂ 'ਤੇ ਅੱਲਾਹ ਰਹਿਮਤਾਂ ਅਤੇ ਬਰਕਤਾਂ ਨਾਜ਼ਿਲ ਫਰਮਾਵੇ, ਮੌਲਾ ਇੱਜ਼ਤ ਅਤਾ ਫਰਮਾਵੇ, ਜਿਤਰੀਆਂ ਦੁਆਈ ਆਪਣੇ ਦਿਲ 'ਚ ਰੱਖਦੇ ਨੇ ਸਰਕਾਰ ਕਬੂਲ ਫਰਮਾਵੇ, ਪੂਰੇ ਦਿਨ ਦੀ ਨੌਕਰੀ ਮਨਜ਼ੂਰ ਹੋਵੇ ਅਤੇ ਸਾਰੇ ਸਾਹਿਬਾਨ ਦੀ ਹਾਜ਼ਰੀ ਮਾਲਕ ਵਾਰਿਸ ਮਨਜ਼ੂਰ ਫਰਮਾਵੇ। ਸਿਵਾਏ ਗਮੇ ਸ਼ਬੀਰ ਦੇ ਜਹਾਨ ਦੇ ਹਰ ਗਮ ਤੋਂ ਮੌਲਾ ਤੁਹਾਨੂੰ ਮਹਿਫੂਜ਼ ਰੱਖੇ, ਸਭ ਦੀਆਂ ਦੁਆਈਂ ਕਬੂਲ ਹੋਵੇ, ਕਾਇਮ ਆਲੇ ਮੁਹੰਮਦ ਸਰਕਾਰ ਦਾ ਜਲਦੀ ਜ਼ਹੂਰ ਹੋਵੇ, ਤਾਂ ਕਿ ਹੱਕ ਔਰ ਬਾਤਿਲ ਦਾ ਫੈਸਲਾ ਹੋਵੇ। ਇਸ ਸਫ਼ੇ ਮਾਤਮ ਔਰ ਜ਼ਿਕਰ ਦਾ ਮਾਲਿਕ ਵਾਰਿਸ ਬਾਦਸ਼ਾਹ ਹੁਣ ਆਪ ਤਸ਼ਰੀਫ ਗਿਨਾਵੇ, ਸਰਦਾਰਾਂ ਦੇ ਵੇੜੇ ਬਸ ਹੋਵੇ। ਨਾਰਾਇ ਤਕਬੀਰ ਅੱਲਾਹ। ਜਿਤਨੇ ਹਜ਼ਰਾਤ ਬੈਠੇ ਹੋ, ਥੋੜ੍ਹੇ ਨਹੀਂ, ਤੁਸੀਂ ਬਹੁਤ ਜ਼ਿਆਦਾ ਹੋ, ਕਿਉਂਕਿ ਇਬਾਦਤ ਹੈ ਸਾਡੀ ਅਤੇ ਆਖਰੀ ਮਰਹਲੇ 'ਚ ਮਜਲਿਸ। ਮਿਹਰਬਾਨੀ ਫਰਮਾਓ, ਜਿਤਨੇ ਬੈਠੇ ਹੋ ਸਾਰੇ ਬੋਲੋ ਨਾਰਾਇ ਤਕਬੀਰ, ਨਾਰਾਇ ਰਿਸਾਲਤ, ਨਾਰਾਇ ਰਿਸਾਲਤ, ਨਾਰਾਇ ਹੈਦਰੀ, ਉੱਚੀ ਆਵਾਜ਼ ਨਾਲ ਨਾਰਾਇ ਹੈਦਰੀ। ਹੁਸੈਨੀਅਤ ਜ਼ਿੰਦਾ, ਹੁਸੈਨੀਅਤ ਜ਼ਿੰਦਾ, ਯਜ਼ੀਦੀਅਤ ਮੁਰਦਾ, ਯਜ਼ੀਦੀਅਤ ਮੁਰਦਾ, ਪਾਕ ਮਖਦੂਮਾਂ ਦੇ ਦੁਸ਼ਮਣ ਦੇ ਲਾਨਤ, ਮਲਕੇ ਆਲਮੀਨ ਸੈਣ ਦੇ ਦੁਸ਼ਮਣ ਦੇ ਲਾਨਤ। ਸਲਵਾਤ ਸਾਰੇ ਹਜ਼ਰਾਤ ਖੁੱਲ੍ਹੇ ਦਿਲ ਨਾਲ ਪੜ੍ਹੋ ਸਰਦਾਰਾਂ ਦਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਕਾਬਾ ਹੈ ਕਿਸ ਕੀ ਜਾਏ ਵਿਲਾਦਤ ਜਵਾਬ ਦੋ। ਵਾਹ, ਕਿਉਂਕਿ ਦੁਆ ਵਾਸਤੇ ਪੜ੍ਹਨਾ, ਕੋਈ ਲੰਬੀ ਮਜਲਿਸ ਨਹੀਂ ਅਤੇ ਬਣ ਜਾਣ ਦਾ ਹੁਕਮ ਹੈ। ਲਿਹਾਜ਼ਾ ਨੌਕਰੀ 'ਚ ਅੱਜ ਦੇ ਪੜ੍ਹਨ ਵਾਲਿਆਂ ਦੀ ਲਿਸਟ 'ਚ ਨਾਮ ਦਰਜ ਕਰਾਉਣ ਵਾਸਤੇ, ਜਿਤਨੇ ਹਜ਼ਰਾਤ ਬੈਠੇ ਹੋ ਸਭ ਕੁਛ ਤੁਹਾਨੂੰ ਯਾਦ ਹੈ। ਤਾਂ ਮੈਂ ਨੌਕਰੀ ਸ਼ੁਰੂ ਪਿਆ ਕਰਾਂਦਾ, ਤਵੱਜੋ ਹੈ ਜਨਾਬ। ਅਰਜ਼ ਕੀਤਾ ਹੈ, ਕਾਬਾ ਹੈ ਕਿਸ ਕੀ ਜਾਏ ਵਿਲਾਦਤ ਜਵਾਬ ਦੋ। ਕਾਬਾ ਹੈ ਕਿਸ ਕੀ ਜਾਏ ਵਿਲਾਦਤ ਜਵਾਬ ਦੋ, ਔਰ ਉਤਰੀ ਕਹਾਂ ਪੇ ਪਹਿਲੀ ਇਮਾਮਤ ਜਵਾਬ ਦੋ। ਕਾਬਾ ਹੈ ਕਿਸ ਕੀ ਜਾਏ ਵਿਲਾਦਤ ਜਵਾਬ ਦੋ, ਉਤਰੀ ਕਹਾਂ ਪੇ ਪਹਿਲੀ ਇਮਾਮਤ ਜਵਾਬ ਦੋ। ਸਮਝਦਾਰ ਬੰਦੇ ਬੈਠੇ ਹੋ, ਅਰਜ਼ ਪੇ ਕਰਦਾ, ਤੋੜਾ ਤਾਂ ਕਿਸ ਨੇ ਲਾਤ ਸੇ ਲਾਤੋ ਮਨਾਤ ਕੋ। ਵਾਹ ਵਾਹ ਵਾਹ, ਜੀਓ ਜੀਓ ਪੈ ਮੌਲਾ ਵਸਤਾ ਰੱਖੇ। ਕਾਬਾ ਹੈ ਕਿਸ ਕੀ ਜਾਏ ਵਿਲਾਦਤ ਜਵਾਬ ਦੋ, ਔਰ ਉਤਰੀ ਕਹਾਂ ਪੇ ਪਹਿਲੀ ਇਮਾਮਤ ਜਵਾਬ ਦੋ, ਤੋੜਾ ਥਾ ਕਿਸ ਨੇ ਲਾਤ ਸੇ ਲਾਤੋ ਮਨਾਤ ਕੋ, ਔਰ ਕਿਸ ਕੇ ਲੀਏ ਝੁਕੀ ਥੀ ਰਸਾਲਤ ਜਵਾਬ ਦੋ। ਵਾਹ 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 ਵਾਹ, ਬਿਸਮਿਲ੍ਲਾ। ਤੋੜਾ ਥਾ ਕਿਸ ਨੇ ਲਾਤ ਸੇ ਲਾਤੋ ਮਨਾਤ ਕੋ, ਔਰ ਕਿਸ ਕੇ ਲੀਏ ਝੁਕੀ ਥੀ ਰਸਾਲਤ ਜਵਾਬ ਦੋ। ਇੱਕ ਲਫ਼ਜ਼ ਹੋਰ ਚਾਖਾਂ, ਜਿਤਨੇ ਮੌਲਾਈ ਬੈਠੇ ਹੋ, ਮੈਂ ਪਿਆਦਾ ਖੈਬਰ ਮੇ ਔਰ ਉਹਦ ਮੇ ਜਮ ਕੇ ਲੜਾ ਥਾ ਕੌਣ, ਖੈਬਰ ਮੇ ਔਰ ਉਹਦ ਮੇ
جم کے لڑا تھا کون اور بھاگنے کی کس میں تھی عادت جواب دو. بس بک گئی. واہ واہ جیو. صرف ایک شعر قصیدے دا تے ایک یا دو بند بالکل تھوڑے جہے وقت چ, چونکہ نوکری چ نام درج کراونا ہے, قصیدہ شروع کرن لگا. جویں مرید کریں دے نا اپنے پیران دی تعریفاں دے لاؤڈ سپیکراں تے اعلان. ہن وقتی اتنا ہے میں جناب دے اور اپنے مرشد دی شان چ تہاڈی تے اپنی عبادت واسطے ذریعہ نجات سمجھ کے اعلان کرن لگا. تے شان اساں انہاں دی کیا دس سکدے ہیں یا کوئی سن کے آ سکدا ہے جنہاں دے متعلق انہاں شاعراں جنہاں دے کلام تے سائیاں دیاں اپنیاں موہراں لگدیاں ہیں, انہاں منظور شدہ تے مقبول ترین شاعراں میر بابر علی انیس, مرزا سلامت علی دبیر جیاں ہستیاں نے جنہاں دی عزت وچ لکھے آدم کا کہیں نام نہ تھا جب سے علی ہے. بسم اللہ. واہ واہ جیو. بس جناب بولا تو نوستہ رکھے, دعا حاصل کرنی ہے تے سیانے بندے بیٹھے ہو. میں ایک شعر قصیدے دا صرف پڑھنا ہے, گلاں وضاحت ہر شے تانوں یاد ہے. مجلس ہوندی سچیاں سائیاں دی کچاری, سچا دربار, پاک ممبر, لاؤڈ سپیکر لگا ہوا ہے. جڑی گل کیتی ہے جویں مرید اپنے پیراں دیاں شاناں چ اعلان کر دین, میں تواڈے تے اپنے مرشد دی شان وچ اعلان کر لگا. گل ختم ہو گئی ہے, سلوات پڑھو تے میں شروع کر دوں. ایک نعرہ کھلے تیرے نال ہوئے نجف دے والد رام دے یار, اعلان پہ کرے دا نبیاں وچ وی کوئی نہیں تے ولیاں وچ وی نہیں, علی جیا پیر تینوں کتوں لب سی, نبیاں وچ وی کوئی نہیں ولیاں وچ وی نہیں, علی جیا پیر تینوں کتوں لب سی, نبیاں وچ وی کوئی نہیں ولیاں وچ وی نہیں, نبیاں وچ وی کوئی نہیں تے ولیاں وچ وی نہیں, علی جیا پیر تینوں کتوں لب سی, تا منے علی بادشاہ نو بھول کے نہیں منیا, نبیاں وچ وی کوئی نہیں تے ولیاں وچ وی نہیں, علی جیا پیر تینوں کتوں لب سی. سمجھ آندی پی جناب؟ میں بھول نہیں گیا, توجہ چاہ. واہ واہ جیو پہ جیو پہ, مولا تون وستہ رکھے. بڑے سنے لالے تے دانا بندے بیٹھے ہو, بغیر وضاحت دے میں اس ثبوت ایک قصیدہ شروع کیتا ہے. توجہ چ بیٹھے ہو تے فرد ثانی عرض کراں, بولیں گے توجہ چاہ. نبیاں وچ وی کوئی نہیں ولیاں وچ وی نہیں, ایک باری بات آخ ایک بار, نبیاں وچ وی کوئی نہیں تے بلیاں وچ وی نہیں, علی جیا پیر تینوں کتھوں, توجہ, علی جیا پیر تینوں کتھوں لب سی, ساڈیاں وچ وی کوئی نہیں تے تواڈیاں وچ وی نہیں, علی جیا پیر تینوں کتھوں لب سی, علی جیا پیر تینوں کتھوں لب سی, ساڈیا وچ وی کوئی نہیں تے تواڈیا وچ وی نہیں, علی جیا پیر تینوں کتھوں لب سی. واہ جیو. مولا تھوڑا رکھے,
ایک ہی شعر پڑھنا ہے. اعلان کیتا نا نبیاں وچ بھی کوئی نہیں تے ولیاں وچ بھی نہیں. علی جیا پیر تینوں کتھوں لبسی؟ ساڈیاں وچ بھی کوئی نہیں تواڈیاں وچ تے بالکل جانے یا علی. ہاں کوئی بھی دعویٰ دلیل دے بغیر فضول ہوتا ہے، نہ مذاق ہے نہ مخول ہے. سچے دربار وچ دعوے دی دلیل دیواں جڑا کہ ساڈیاں وچ بھی کوئی نہیں تے تواڈیاں وچ بھی نہیں. ہاں شیر پیا پڑھدا بغیر کسے گل دے. جتنے بزرگ بھائی ذاکر گر حضرات قدیمانہ سنن والے ہے ہر شے کہ نہ تو یاد ثبوت وچ لاؤڈ سپیکر تے اعلان کر کے میں پیا دا ساری دنیا تو آیا محمد لفظ بالا تو بالا محمد ہے. واہ واہ واہ. ہاں جی بس جی. ہاں جی بسم اللہ کراں میں پھر آخر لگا توجہ میرے پاس ہے. عرض پہ کرے دا ساری دنیا تو آیا محمد ہے لفظ بالا تو بالا محمد ہے او ساری دنیا تو آیا محمد توجہ لفظ بالا تو بالا محمد ہے رشتیاں وچ وی کوئی نہیں تے یاراں وچ وی نہیں علی جیا پیر تینوں کتھوں لبسی. بس جی بہت جیو وقت مطابق بہت زیادہ میں پڑھ لیا. بالکل ایک یا دو بار جس انتظار وچ بیٹھے ہو گھر چھوڑ کے آ کے بند کر کے سفر کر کے تے اس خیال وچ بیٹھے ہو جو سید وسدے ہن تے بے موسم اجڑے تے جہان دنیا تو اوپرے رنگ چ اجڑے. شیعہ سنیا ہو اجڑ دے کئی بندے مگر جڑے رون واسطے ہن تائیں بیٹھے ہو نا اجڑ دے آکھے نا کئی بندے نے مگر کئی بندے اجڑ کے وس پاؤندے تے سید ایسے اجڑے جڑے باہر ویندے آون تک وس نہیں سکے. واہ 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 واہ. کوئی زیادہ نہیں جڑی انتظار وچ بیٹھے ہو شبی برآمد ہونی ہے مظلوم بادشاہ دے ذوالجلال دی گواہی واسطے حیوان آنا ہے. واہ 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 واہ. عرض پہ کرے نا لتھا چپ کر کے بے وارسا وانگو. یہ کوئی بے وارسا؟ بسم اللہ کرا. واہ 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 واہ. جی بابا لکھ دفعہ. جی جی میں لکھ. بسم اللہ نبی دی موہر دا سوار رہا. عرض کی تے لتھا چپ کر کے بے وارسا وانگو ریا جو کوئی ناس. واہ واہ واہ. ہوگی نوکری؟ بسم اللہ. واہ واہ. ایک منٹ ایک منٹ ایک منٹ بھائی شبی سامنے آ گئے. چلو بسم اللہ ایوان آ گیا گواہی واسطے. چلو بھائی نہیں پڑھدا سارے مومن ویکھو ذوالجلال دے پاسے اے ہوئے تواڈے سامنے جڑا حسین اوکھا لتھا وہ پڑھا. ہاں واہ واہ. میں پیا دا لتھا چپ کر کے بے وارسا وانگو تے بڑ غربت دی تصویر بہتے رتائیں ریاضین تلا انداد چاس رتنا ہمشیر بس دے رہو. ہاں تو پھر کیا ہویا؟
ਆਏ ਕਈ ਵਾਰੀ ਬਿਮਾਰ ਦੇ ਸਰ ਦੇ ਤੇ ਅਕਬਾਲ ਸਜਾਦ ਮੀਰੇ ਉੱਠ ਗਏ ਕਿਤੇ ਸਹੀ ਇਹ ਪਿਓ ਲੈ ਗਿਆ ਉਹ ਕਰ ਗਏ ਇਸ ਅਖ ਮੀਤੀਰੇ ਬਸ ਬਾਈ ਖਤਮ ਹੈਵਾਨ ਵਾਹ ਵਾਹ ਜਿਹੜੇ ਰੋ ਪਏ ਉਹ ਹੈਵਾਨ ਸਾਹਮਣੇ ਆਏ ਗਵਾਹੀ ਵਾਸਤੇ ਸਾਰੇ ਮੋਮਿਨ ਦੇਖੋ ਚਾ ਜ਼ੁਲਜਲਾਲ ਦੇ ਪਾਸੇ ਆਖੋ ਚਾਹੇ ਜ਼ੁਲਜਲਾਲ ਤੇਰੇ ਪੀਰ ਦੇ ਸ਼ੀਆ ਤੇ ਤੈ ਕੁੰਡੇ ਦੇ ਨਾਮ ਖੁਦਾ ਦਾ ਸਾਨੂੰ ਪਾ ਸਮਾ ਹਰ ਵਿਖਾ ਹਵੇ ਆ ਕਿਲਾ ਆਈ ਚੱਲ ਜ਼ਾਰਾਦਾ ਵਸਦੇ ਰਹੋ ਬਿਸਮਿਲ੍ਲਾ ਖਤਮ ਹੋਰ ਕੀ ਆਖੋ ਹਾਂ ਉਹ ਤੇਰੀ ਕੋਚ ਦੇ ਵਿੱਚ ਪੱਗ ਕਹਿੰਦੀ ਹੈ ਤੇ ਆਈ ਬੰਨਣ ਦਾ ਕਿਨ ਇਰਾਦਾ ਤੇਰੀ ਸ਼ਕ ਲਿਕਲੂ ਮਾਲੂਮ ਥਿੰਦਾ ਹੈ ਵੋ ਸੰਗ ਤਰੁੱਟ ਗਿਆ ਭਾਈ ਹਿਰਣ ਬਿਰਾਦਾ ਹੱਥ ਮਾਰ ਕੇ ਕੋ ਹੈ ਹੁਸੈਨ ਹੈ ਮਜ਼ਲੂਮ ਮਾਤਮ ਹੁਸੈਨ ਹੈ ਹੁਸੈਨ